ਹੁਣ ਅਸੀਂ ਫੇਰ ਦੇਖਦੇ ਹਾਂ ਜਿਹੜੇ ਨਲਾਇਕ ਜੇ ਮੁੰਡੇ ਹੁੰਦੇ ਆ ਘਰਦਿਆਂ ਦੇ, ਪੈਸਾ ਹੁੰਦਾ ਥੋੜ੍ਹਾ ਬਹੁਤ ਉਹਨਾਂ ਦੇ ਕੋਲ ਅਕਾਊਂਟ 'ਚ, ਜਾ ਜ਼ਮੀਨ ਵੇਚ ਦਿੰਦੇ ਆ ਅਤੇ ਉਹ ਕੁੜੀ ਲੱਭਦੇ ਆ ਏਜੰਟਾਂ ਕੋਲ ਜਾ ਕੇ ਵੀ ਸਾਡੇ ਮੁੰਡੇ ਦੀ ਉਂਗਲ ਫੜ ਕੇ ਬਾਹਰ ਲੈ ਜੇ। ਅਗਲੇ ਕਹਿੰਦੇ ਪਹਿਲਾਂ ਕੁੜੀ ਜਾਊਗੀ, ਬਾਅਦ 'ਚੋਂ ਤੁਹਾਡੇ ਮੁੰਡੇ ਦੀ ਉਂਗਲ ਫੜੂਗੀ। ਅਤੇ ਉਂਗਲ ਅੰਗਲ ਤਾਂ ਕੀ ਫੜਦੀਆਂ, ਜਦੋਂ ਕੁੜੀ ਏਅਰਪੋਰਟ 'ਚ ਉਤਰਦੀ ਆ ਉਹਦੀਆਂ ਪਹਿਲਾਂ ਹੀ ਉਂਗਲਾਂ ਬਹੁਤ ਫੜਾਈਆਂ ਹੁੰਦੀਆਂ ਉੱਥੇ ਇੰਡੀਆ, ਕਦੇ ਕਿਸੇ ਨੂੰ ਕਦੇ ਕਿਸੇ ਨੂੰ। ਅਗਲੀ ਕਹਿੰਦੀ ਮੈਂ ਤਾਂ ਆਪਣੇ ਵਾਲੇ ਨੂੰ ਸੱਦੂਗੀ, ਮੈਂ ਤੈਨੂੰ ਕਿਉਂ ਸੱਦਾ ਬਈ, ਨਾ ਮੁੰਡੇ ਵਾਲੇ ਕੋਈ ਪ੍ਰੂਫ ਹੁੰਦਾ ਵਾ। ਫਿਰ ਰੌਲਾ ਪਾਉਣਗੇ, ਵਿਆਹ 'ਤੇ ਅਸੀਂ 25 ਲੱਖ ਲਾਤਾ, ਫੀਸ ਭਰਤੀ, GDC ਦੇਤੀ, ਸਾਡਾ ਤਾਂ 50 ਲੱਖ ਦਾ ਨੁਕਸਾਨ ਹੋ ਗਿਆ, ਸਾਡਾ ਤਾਂ ਸਾਰਾ ਕੁਝ ਉਜੜ ਗਿਆ। ਵੀ ਤੁਸੀਂ ਸੌਦਾ ਕੀਤਾ, ਵਿਆਹ ਤੁਸੀਂ ਵੀ ਨਹੀਂ ਕੀਤਾ। ਹੁਣ ਜਿੱਥੇ 50 ਲੱਖ ਲਾਇਆ ਉੱਥੇ ਇੱਕ ਸਲਫਾਸ ਦੀ ਸ਼ੀਸ਼ੀ ਲੈ ਲਓ, ਹੁਣ ਉਹੀ ਕੰਮ ਹੋ ਸਕਦਾ, ਹੋਰ ਤਾਂ ਉੱਥੇ ਅਸੀਂ ਕੀ ਕਰ ਸਕਦੇ ਹਾਂ। ਪਰ ਅਸੀਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਜਿਹੜੇ ਦਿਮਾਗ ਨਾਲ ਕੀਤੇ ਵਪਾਰ ਆ ਉਹ ਕਦੇ ਵੀ ਦਿਲਾਂ ਦੇ ਸੌਦੇ ਨਹੀਂ ਕਰਦੇ।